ਮੇਰੇ ਪੁੱਤਰਾ ਤੀਓ ਕੀ ਹਾਲ ਹੈ ਠੀਕ ਠਾਕ ਹੋ ਅਤੇ ਅੱਜ ਗੁੜ ਦਾ ਸ਼ਰਬਤ ਬਣਾ ਕੇ ਨਾ ਵਿੱਚ ਨਿੰਬੂ ਸ਼ਿੰਬੂ ਪਾ ਕੇ ਅਤੇ ਉਹ ਤੁਹਾਨੂੰ ਵਿਖਾਉਣ ਲੱਗੇ। ਅਸਲਾਮ ਅਲੈਕੁਮ, ਕੀ ਹਾਲ ਚਾਲ ਸਭ ਦਾ? ਠੀਕ ਠਾਕ ਹੈ, ਖੈਰੀਅਤ ਸੇ ਹੈ। ਅੱਜ ਸ਼ਾਮ ਗੁੜ ਵਾਲਾ ਸ਼ਰਬਤ ਬਣਾਉਣ ਲੱਗੇ ਹੈ, ਉਹ ਆਪਕੋ ਬਣਾ ਕੇ ਦਿਖਾਤੇ ਹੈ। ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਅੱਧਾ ਕਿਲੋ ਗੁੜ ਇਹਨੂੰ ਅਸਾਂ ਕੁੱਟ ਲਿਆ। ਬਿਸਮਿਲ੍ਲਾ ਰਹਿਮਾਨ ਰਹੀਮ। ਇੱਕ ਕੱਪ ਪਾਣੀ, 10-15 ਮਿੰਟ ਇਹਨੂੰ ਉੱਤੇ ਰੱਖਣਾ ਹੈ ਔਰ ਹਲਕੀ ਅੱਗ ਦੇ ਉੱਤੇ ਇਹਨੂੰ ਪਕਾਉਣਾ ਹੈ। ਗੁੜ ਪਿਘਲ ਗਿਆ, ਵਿੱਚ 2 ਚਮਚ ਚੀਨੀ ਪਾਣੀ। ਬਿਸਮਿਲ੍ਲਾ। ਇਹਨੂੰ ਆਸਤਾ ਆਸਤਾ ਲਾਉਣਾ ਹੈ। ਇਹ ਜਿਸ ਚੀਨੀ ਵੀ ਜਲ ਲਓ ਜੇ ਦੀ, ਅਤੇ 3 ਨਿੰਬੂਆਂ ਦਾ ਜੂਸ ਹੈ। ਬਿਸਮਿਲ੍ਲਾ। ਇਸਕੋ ਆਸਤਾ ਆਸਤਾ ਹਿਲਾਤੇ ਰਹਿਣਾ ਤਾਂ 2-3 ਮਿੰਟ ਤੱਕ ਤਿਆਰ ਹੋ ਜਾਂਦਾ। ਬਿਲਕੁਲ, ਗੁੜ ਦਾ ਸ਼ਰਬਤ ਤਿਆਰ ਹੋ ਗਿਆ। ਇਹਨੂੰ ਹੁਣ ਪੋਣ ਕੇ ਅਤੇ ਠੰਡਾ ਕਰਨ ਵਾਸਤੇ ਰੱਖਣਾ ਹੈ, ਫਿਰ ਇਹਦਾ ਸ਼ਰਬਤ ਬਣਾ ਕੇ ਤੁਹਾਨੂੰ ਵਿਖਾਉਂਦੇ ਹਾਂ। ਸ਼ਰਬਤ ਸਾਡਾ ਠੰਡਾ ਹੋ ਗਿਆ, ਗਲਾਸਾਂ 'ਚ ਥੋੜ੍ਹਾ ਥੋੜ੍ਹਾ ਪਾਉਣਾ ਹੈ। ਬਿਸਮਿਲ੍ਲਾ ਰਹਿਮਾਨ। 3-3 ਚਮਚ ਪਾਣੀ ਸਾਦਾ। ਤੋਹ ਮਲੰਗਾ ਇੱਕ ਚੁਟਕੀ ਕਾਲਾ ਨਮਕ ਸ਼ਰਬਤ ਸਾਡਾ ਤਿਆਰ ਹੋ ਗਿਆ। ਇਹ ਗਰਮੀ ਵਾਸਤੇ ਬੜਾ ਫਾਇਦੇਮੰਦ ਹੈ। ਇਹ ਰੋਜ਼ਾ ਖੋਲ੍ਹ ਕੇ ਵੀ ਤੁਸੀਂ ਪੀ ਸਕਦੇ ਹੋ, ਉਂਝ ਵੀ ਗਰਮੀ 'ਚ ਤੁਸੀਂ ਇਸਤੇਮਾਲ ਕਰ ਸਕਦੇ ਹੋ। ਖੂਨ ਦੀ ਕਮੀ ਪੂਰੀ ਕਰਦਾ, ਪੂਰੇ ਦਿਨ ਦੀ ਥਕਾਵਟ ਦੂਰ ਕਰ ਸਕਦਾ ਹੈ। ਇਹਦਾ ਜ਼ਾਇਕਾ ਬਹੁਤ ਅੱਛਾ ਹੈ, ਬਹੁਤ ਮਜ਼ੇਦਾਰ ਸ਼ਰਬਤ ਹੈ। ਤੁਸੀਂ ਬਣਾਓ ਅਤੇ ਟਰਾਈ ਕਰੋ, ਬਹੁਤ ਮਜ਼ੇਦਾਰ ਸ਼ਰਬਤ ਹੈ। अच्छा, तो गाइस उम्मीद करता हूँ कि आपको आज का हमारा ब्लॉग अच्छा लगा होगा। तो प्लीज़ हमारे चैनल को सब्सक्राइब करें, लाइक करें, अच्छे अच्छे कमेंट करें, ज़्यादा से ज़्यादा शेयर करें। दुआओं में याद रखें, अपना ख्याल रखें। अल्लाह हाफिज़।